ਸਤਿਗੁਰ ਤੇ ਜਿਨ੍ਹਾਂ ਦੀ ਮਹਿਮਾ ਆਗਾਦ ਬਹੁਤ ਹੈ ਪਰ ਗੁਰੂ ਕੀਆਂ ਸੰਗਤਾਂ ਵੀ ਧੰਨ ਹਨ। ਬਹੁਤ ਸਾਰੇ ਪ੍ਰੇਮੀ ਦੇਖੇ ਨੇ ਜਦੋਂ ਦੇ ਅਸੀਂ ਆਏ ਹਾਂ ਸ਼ਰਧਾ ਪਿਆਰ ਦੇ ਨਾਲ ਬੈਠੇ ਹਨ। ਬਹਿਣਾ ਕੋਈ ਸੌਖਾ ਨਹੀਂ ਹੁੰਦਾ ਸਤਸੰਗ ਜੀ, ਬੜਾ ਮੁਸ਼ਕਿਲ ਹੁੰਦਾ ਬਹਿਣਾ, ਪਰ ਇੱਕ ਗੱਲ ਆਪਾਂ ਜ਼ਰੂਰ ਆਪਣੇ ਮਨਾਂ ਵਿੱਚ ਯਾਦ ਰੱਖਣੀ, ਜਿਨ੍ਹਾਂ ਤੇ ਗੁਰੂ ਮਿਹਰਬਾਨ ਹੋਵੇ ਉਹੀ ਉਹ ਗੁਰੂ ਕੋਲ ਬਹਿ ਸਕਦੇ ਨੇ। ਆਖੋ ਸਤਨਾਮ ਸ੍ਰੀ। ਅਨਾਊਂਸਮੈਂਟਾਂ ਤੇ ਕਈਆਂ ਨੇ ਸੁਣੀਆਂ, ਇਸ਼ਤਿਹਾਰ ਵੀ ਕਈਆਂ ਨੇ ਪੜ੍ਹੇ, ਪਰ ਇੱਥੇ ਕੌਣ ਆਏ? ਇੱਥੇ ਉਹ ਆਏ ਨੇ ਜਿਹੜੇ ਗੁਰੂ ਨਾਨਕ ਸਾਹਿਬ ਨੂੰ ਚੰਗੇ ਲੱਗੇ ਨੇ। ਇਹ ਗੁਰੂ ਦੀ ਕਿਰਪਾ ਸਤ ਸੰਗਤ, ਜਿਸ ਵੇਲੇ ਆਪਾਂ ਗੁਰੂ ਦੇ ਕੋਲ ਆਉਂਦੇ ਹਾਂ ਤੇ ਗੁਰੂ ਦੇ ਕੋਲ ਵੀ ਉਦੋਂ ਆਉਂਦੇ ਹਾਂ ਜਦੋਂ ਗੁਰੂ ਆਪ ਕਿਰਪਾ ਕਰਦਾ। ਉਹਦੀ ਕਿਰਪਾ ਤੋਂ ਬਗੈਰ ਅਸੀਂ ਉਹਦੇ ਕੋਲ ਆ ਵੀ ਨਹੀਂ ਸਕਦੇ। ਬੜੇ ਵੱਡਿਆਂ ਭਾਗਾਂ ਵਾਲੇ ਹੋ ਜੋ ਦੂਰੋਂ ਨੇੜੇ ਹੋ ਚੱਲ ਕੇ ਧੰਨ ਗੁਰੂ ਨਾਨਕ ਸਾਹਿਬ ਦੀਆਂ ਖੁਸ਼ੀਆਂ ਲੈਣ ਵਾਸਤੇ ਆਏ ਹੋ। ਆਓ ਪਿਆਰਿਓ, ਸਾਰੇ ਮਿਲ ਕੇ ਕੀਰਤਨ ਕਰੀਏ, ਕੋਈ ਵੀ ਰਸਨਾ ਬਾਜੀ ਨਾ ਰਹਿ ਜਾਏ। ਮੇਰੇ ਜਨਮ ਤੇਰਾ
Yeah.
बिगड़ी बड़ा ले तू तार आए नू कद नहीं नकारदा तार आए नू कद नहीं नकारदा ओ तेनू क्यों नकारू बंदे साउंड सिस्टम वाले बेनती करांगे कृपा करके थोड़ी जी वोल्टेज बढ़ा देन कैसे वो बार बार बंद हो रहे हैं और माइक भी बार बार बंद हो रहे हैं बड़ी बड़ी दूरों संगता चल के आईया ने कृपा करके थोड़ी जी वोल्टेज बढ़ा देन ताकि जो साउंड सिस्टम है वो ठीक तरह चल सके बहुत बहुत धन्यवाद होवेगा जी साहब महाराज पूरी ना करन
ਇਹ ਸਤ ਸੰਗਤ ਸਾਰੀਆਂ ਦਾਤਾਂ ਦੇ ਮਾਲਕ ਨੇ, ਸਾਰੇ ਭੰਡਾਰਿਆਂ ਦੇ ਮਾਲਕ ਨੇ, ਸਾਰੀਆਂ ਖੁਸ਼ੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲ ਨੇ, ਪਰ ਇਤਨਾ ਭਰੋਸਾ ਹੋਣਾ ਚਾਹੀਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਬੜੀ ਪਿਆਰੀ ਵਾਰਤਾ ਹੈ, ਅਫਰੀਕਾ ਦੇ ਵਿੱਚ ਨਰੋਬੀ ਸ਼ਹਿਰ ਦੇ ਨੇੜੇ ਇੱਕ ਸ਼ਹਿਰ ਹੈ ਮਕਿੰਡੋ। ਸਤ ਸੰਗਤ ਸ਼ਹਿਰ ਦਾ ਨਾਮ ਤੇ ਮਕਿੰਡੋ ਹੈ, ਪਰ ਜਿਹੜੇ ਸਿੱਖ ਨੇ ਉਹ ਮਕਿੰਡੋ ਸਾਹਿਬ ਕਹਿੰਦੇ ਨੇ। ਕਿਉਂ ਕਹਿੰਦੇ ਨੇ? ਉਹ ਕਹਿੰਦੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਏ ਸਨ। ਅਸਾਂ ਸੋਚਿਆ ਵੀ ਇਤਿਹਾਸ ਦੇ ਤੇ ਕਿਸੇ ਪੰਨੇ ਤੇ ਨਹੀਂ ਲਿਖਿਆ ਵੀ ਅਫਰੀਕਾ ਵਿੱਚ ਗੁਰੂ ਗੋਬਿੰਦ ਸਿੰਘ ਜੀ ਆਏ ਹੋਣ। ਸਤ ਸੰਗਤ ਉੱਥੇ ਬਹੁਤੇ ਕਾਲੇ ਲੋਕ ਵਸਦੇ ਨੇ, ਤੇ ਹੈਰਾਨਗੀ ਦੀ ਗੱਲ ਇਹ ਹੈ ਗੁਰਦੁਆਰੇ ਦੇ ਜਿੰਨੇ ਸੇਵਾਦਾਰ ਨੇ ਸਾਰੇ ਉੱਧਰ ਦੇ ਰਹਿਣ ਵਾਲੇ ਕਾਲੇ ਨਿਗਰੋ ਗੁਰਸਿੱਖ ਸਜੇ ਹੋਏ ਨੇ। ਉਸ ਅਸਥਾਨ ਦਾ ਇਤਿਹਾਸ ਦੱਸਦਾ ਹੈ ਕਿ ਅਫਰੀਕਾ ਦੇ ਵਿੱਚ ਪਹਿਲੇ ਸਮਿਆਂ ਵਿੱਚ ਜਦੋਂ ਇੰਡੀਆ ਤੋਂ ਲੋਕ ਗਏ ਤੇ ਬਹੁਤੇ ਰਾਤ ਗੜੀਏ ਵੀਰ ਗਏ, ਉਹ ਰੇਲਵੇ ਲਾਈਨ ਵਿਛਾਉਣ ਵਾਸਤੇ ਗਏ ਸਨ। ਰੇਲਵੇ ਲਾਈਨ ਉਹਨਾਂ ਨੇ ਵਿਛਾਉਣੀ ਸੀ ਤੇ ਕਹਿੰਦੇ ਨੇ ਜਦੋਂ ਉਹ ਇੰਡੀਆ ਤੋਂ ਗਏ ਤੇ ਆਪਣੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਵੀ ਲੈ ਗਏ, ਕਿਉਂਕਿ ਉਹਨਾਂ ਸਮਿਆਂ ਵਿੱਚ ਉੱਥੇ ਕੋਈ ਗੁਰਦੁਆਰਾ ਨਹੀਂ ਸੀ। ਉਹਨਾਂ ਸੋਚਿਆ ਕਿ ਕਿਰਤ ਕਰਕੇ ਕੰਮ ਕਾਰ ਦੇ ਕਾਰਨ ਅਸੀਂ ਆਪਣੇ ਦੇਸ਼ ਤੋਂ ਪਰਿਵਾਰ ਤੋਂ ਦੂਰ ਜਾ ਰਹੇ ਹਾਂ, ਪਰ ਆਪਣੇ ਗੁਰੂ ਤੋਂ ਦੂਰ ਨਹੀਂ ਜਾਣਾ। ਇਸ ਕਰਕੇ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਨਾਲ ਲੈ ਕੇ ਗਏ ਵੀ ਉੱਥੇ ਜਾ ਕੇ ਗੁਰੂ ਸਾਹਿਬ ਦੇ ਦਰਸ਼ਨ ਤੇ ਕਰਦੇ ਰਵਾਂਗੇ। ਕਹਿੰਦੇ ਨੇ ਇੱਕ ਸੋਹਣੀ ਸੁੱਚੀ ਜਗ੍ਹਾ ਦੇਖ ਕੇ ਉਹਨਾਂ ਨੇ ਇੱਕ ਕਮਰਾ ਲੈ ਲਿਆ, ਉੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕਰ ਦਿੱਤਾ ਤੇ ਉਹਨਾਂ ਨੇ ਉਧਰਲਾ ਜਿਹੜਾ ਬੰਦਾ ਸੀ ਕਾਲਾ ਉਹਨੂੰ ਪਹਿਰੇਦਾਰ ਰੱਖ ਲਿਆ। ਅੰਮ੍ਰਿਤ ਵੇਲੇ ਇਕੱਠੇ ਹੋ ਕੇ ਸਾਰੇ ਸਿੱਖ ਜਾਂਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕਰਦੇ ਨੇ, ਨਿਤਨੇਮ ਕਰਕੇ ਹੁਕਮਨਾਮਾ ਲੈ ਕੇ ਆਪਣੇ ਕੰਮਾਂ ਕਾਰਾਂ ਤੇ ਟੁਰ ਜਾਂਦੇ ਨੇ। ਇਸੇ ਤਰ੍ਹਾਂ ਸ਼ਾਮ ਨੂੰ ਕੰਮਾਂ ਕਾਰਾਂ ਤੋਂ ਵਾਪਸ ਆ ਕੇ ਫਿਰ ਇਕੱਠੇ ਹੋ ਕੇ ਜਾਂਦੇ ਨੇ, ਕਿਉਂਕਿ ਸਤਸੰਗਤ ਉਹਨਾਂ ਸਮਿਆਂ ਵਿੱਚ ਜੰਗਲ ਬੀਆਬਾਨ ਕਈ ਤਰ੍ਹਾਂ ਦੇ ਜਾਨਵਰ ਉੱਥੇ ਤੇ ਹੁਣ ਵੀ ਕੁਝ ਇਹੋ ਜਿਹਾ ਹੀ ਮਾਹੌਲ ਹੈ, ਪਤਾ ਨਹੀਂ ਕਿੱਥੇ ਕਿਸੇ ਨੂੰ ਫੜ ਕੇ ਕਿਸੇ ਨੇ ਲੁੱਟ ਲੈਣਾ, ਇਸ ਲਈ ਆਪਣੇ ਲੋਕ ਇਕੱਠੇ ਹੋ ਕੇ ਜਾਂਦੇ ਨੇ। ਕਹਿੰਦੇ ਨੇ ਇੱਕ ਦਿਨ ਸ਼ਾਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸੁਖਾਸਨ ਕਰਨਾ ਭੁੱਲ ਗਏ, ਪ੍ਰਕਾਸ਼ ਤੇ ਘਰ ਆਏ ਸਵੇਰੇ, ਪਰ ਸ਼ਾਮ ਨੂੰ ਕੰਮਾਂ ਕਾਰਾਂ ਤੋਂ ਥੱਕੇ ਟੁੱਟੇ ਆਪਣੇ ਘਰਾਂ ਨੂੰ ਮੁੜ ਗਏ ਤੇ ਸੁਖਾਸਨ ਕੀਤਾ ਹੀ ਨਹੀਂ। ਅੱਧੀ ਰਾਤ ਨੂੰ ਉਹਨਾਂ ਵਿੱਚੋਂ ਇੱਕ ਸਿੱਖ ਨੂੰ ਖਿਆਲ ਆਇਆ ਤੇ ਉਹਨੇ ਸਾਰਿਆਂ ਨੂੰ ਉਠਾਇਆ, ਕਹਿਣ ਲੱਗਾ ਅੱਜ ਭੁੱਲ ਗਈ ਏ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸੁਖਾਸਨ ਕਰਨ ਤੇ ਗਏ ਹੀ ਨਹੀਂ। ਅੱਧੀ ਰਾਤ ਦੇ ਵੇਲੇ ਸਾਰੇ ਸਿੱਖ ਇਕੱਠੇ ਹੋ ਕੇ ਉੱਥੇ ਮੁਕਿੰਡੋ ਸਾਹਿਬ ਪਹੁੰਚ ਗਏ ਤੇ ਉੱਧਰਲਾ ਜਿਹੜਾ ਕਾਲਾ ਪਹਿਰੇਦਾਰ ਸੀ ਉਹ ਕਹਿੰਦਾ ਅੱਧੀ ਰਾਤ ਦਾ ਵੇਲਾ, ਇਸ ਵੇਲੇ ਤੁਸੀਂ ਕੀ ਕਰਨ ਆਏ ਹੋ? ਸਿੱਖਾਂ ਆਖਿਆ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਨ ਕਰਨਾ ਭੁੱਲ ਗਏ ਹਾਂ ਤਾਂ ਆਏ ਹਾਂ। ਉਹ ਪਹਿਰੇਦਾਰ ਪਤਾ ਕੀ ਕਹਿੰਦੇ? ਕਹਿੰਦੇ ਸੁਖਾਸਨ ਬਾਬਾ ਜੀ ਕਰ ਗਏ ਨੇ। ਸਿੱਖ ਹੈਰਾਨ ਹੋ ਕੇ ਕਹਿਣ ਲੱਗੇ ਸਾਡੇ ਵਿੱਚੋਂ ਤੇ ਕੋਈ ਆਇਆ ਹੀ ਨਹੀਂ। ਉਹ ਪਹਿਰੇਦਾਰ ਫਿਰ ਕਹਿੰਦੇ ਸੁਖਾਸਨ ਤੇ ਬਾਬਾ ਜੀ ਕਰ ਗਏ ਨੇ। ਕਹਿੰਦੇ ਕਿਹੜੇ ਬਾਬਾ ਜੀ ਆਏ ਸਨ, ਕੌਣ ਆਇਆ ਸੀ? ਕਹਿੰਦੇ ਆਓ ਮੈਂ ਤੁਹਾਨੂੰ ਦਿਖਾਉਣਾ। ਉਸ ਪਹਿਰੇਦਾਰ ਨੇ ਗੁਰਸਿੱਖਾਂ ਨੂੰ ਨਾਲ ਲਿਆ ਤੇ ਸਤ ਸੰਗਤ ਉਹ ਸਾਹਮਣੇ ਕਮਰੇ ਦੀ ਦੀਵਾਰ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੋਹਣਾ ਸਰੂਪ ਲੱਗਾ ਹੋਇਆ ਸੀ ਤੇ ਉਹ ਕਾਲਾ ਗੁਰੂ ਗੋਬਿੰਦ ਸਿੰਘ ਜੀ ਦੀ ਉਸ ਤਸਵੀਰ ਵੱਲ ਹੱਥ ਕਰਕੇ ਕਹਿੰਦੇ ਇਹ ਬਾਬਾ ਜੀ ਆਏ ਸਨ ਤੇ ਸੁਖਾਸਨ ਕਰਕੇ ਗਏ ਨੇ, ਮੈਂ ਆਪਣੇ ਅੱਖੀ ਵੇਖੇ। ਬਹੁਤ ਬਹੁਤ ਧੰਨਵਾਦ ਸੰਗਤਾਂ ਦਾ ਜੋ ਤੁਸੀਂ ਇਤਨੀ ਸ਼ਰਧਾ ਭਾਵਨਾ ਦੇ ਨਾਲ ਜੈਕਾਰਾ ਗਜਾਇਆ ਹੈ। ਸਤ ਸੰਗਤ ਜੈਕਾਰਾ ਜਿਹੜੇ ਇਹ ਗੁਰੂ ਕੀ ਸੰਗਤ ਦੀ ਅਸੀਸ ਹੁੰਦੀ ਹੈ ਤੇ ਜਿਸ ਵੇਲੇ ਕੋਈ ਜੈਕਾਰਾ ਗਜਾਉਂਦਾ ਹੈ ਕੀਰਤਨ ਕਰਨ ਵਾਲੇ ਨੂੰ ਬੜਾ ਬਲ ਮਿਲਦਾ ਹੈ। ਜਦ ਇਹ ਸੁਣਿਆ ਕਿ ਇਹ ਬਾਬਾ ਜੀ ਆਏ ਸਨ ਤੇ ਸੁਖਾਸਨ ਕਰਕੇ ਗਏ ਨੇ, ਜਿਤਨੇ ਵੀ ਸਿੱਖ ਉੱਥੇ ਮੌਜੂਦ ਸਨ ਸਭ ਦੀਆਂ ਅੱਖਾਂ ਵਿੱਚੋਂ ਛਮ ਛਮ ਹੰਝੂ ਵਹਿਣ ਲੱਗ ਪਏ, ਇਉਂ ਆਸੂ ਨਿਕਲੇ ਜਿਵੇਂ ਬਰਸਾਤ ਪੈਂਦੀ ਏ। ਸਭ ਦੇ ਮਨਾਂ ਵਿੱਚੋਂ ਇਹੀ ਆਵਾਜ਼ ਆ ਰਹੀ ਸੀ ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਾਂ ਹੀ ਤੈਨੂੰ ਗੁਰੂਆਂ ਦਾ ਗੁਰੂ ਕਹਿੰਦੇ ਨੇ। ਦੁਨੀਆ ਗੁਰੂ ਗੋਬਿੰਦ ਸਿੰਘ ਜੀ ਨੂੰ ਮੱਥੇ ਟੇਕਦੀ ਏ, ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਦਿਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਦਿੱਤਾ। ਮੁਕਿੰਡੋ ਸਾਹਿਬ ਦੇ ਨਾਂ ਨਾਲ ਉਹ ਅਸਥਾਨ ਜਾਣਿਆ ਜਾਂਦਾ ਹੈ, ਬੜਾ ਸੋਹਣਾ ਗੁਰਦੁਆਰਾ ਬਣਿਆ ਹੈ। ਇੰਨੀ ਸੰਗਤ ਉੱਥੇ ਜਾਂਦੀ ਏ, ਇਹ ਭਾਵਨਾ ਬਣਾ ਕੇ ਜਾਂਦੇ ਨੇ ਕਿ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਨ ਕਰਨ ਲਈ ਕਲਗੀਆਂ ਵਾਲੇ ਆਪ ਆਏ ਸਨ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਦੀ ਵੀ ਹਿੰਮਤ ਕਦੀ ਵੀ
ਸਤਸੰਗਤ ਜਦੋਂ ਕਦੀ ਤੁਹਾਡਾ ਹੌਸਲਾ ਤੁਹਾਡੀ ਹਿੰਮਤ ਜਵਾਬ ਦੇਣ ਲੱਗ ਜਾਏ, ਮਨ ਟੁੱਟਣ ਲੱਗ ਪਵੇ, ਅੱਖਾਂ ਵਿੱਚ ਅਥਰੂ ਭਰੇ ਹੋਣ, ਆਪਣੇ ਪਰਾਏ ਸਭ ਦੂਰ ਹੋ ਜਾਣ, ਜਦੋਂ ਮਨ ਨੂੰ ਲੱਗੇ ਕਿ ਕੋਈ ਹੋਰ ਸਹਾਰਾ ਨਹੀਂ, ਤਾਂ ਉਸ ਵੇਲੇ ਦੁਨੀਆਂ ਦਾ ਸਹਾਰਾ ਲੱਭਣ ਦੀ ਕੋਸ਼ਿਸ਼ ਨਾ ਕਰਨਾ, ਦੁਨੀਆਂ ਦੇ ਮਾਲਕ ਦਾ ਸਹਾਰਾ ਲੱਭਣ ਦੀ ਕੋਸ਼ਿਸ਼ ਕਰਨਾ। ਸਾਰੇ ਦਰਵਾਜ਼ੇ ਬੰਦ ਹੋ ਸਕਦੇ ਨੇ, ਲੇਕਿਨ ਪਰਮਾਤਮਾ ਦਾ ਦਰਵਾਜ਼ਾ ਕਦੀ ਬੰਦ ਨਹੀਂ ਹੁੰਦਾ। ਸਭ ਸਾਥ ਦੇਣਾ ਛੱਡ ਸਕਦੇ ਨੇ, ਲੇਕਿਨ ਪਰਮਾਤਮਾ ਕਦੇ ਤੁਹਾਡਾ ਸਾਥ ਨਹੀਂ ਛੱਡੇਗਾ। ਕਿਸੇ ਹੋਰ ਨੂੰ ਤੁਹਾਡੇ ਤੇ ਤਰਸ ਆਵੇ ਨਾ ਆਵੇ, ਗੁਰੂ ਨੂੰ ਤਰਸ ਜ਼ਰੂਰ ਆਵੇਗਾ। ਕੋਈ ਤੁਹਾਡੀ ਦੇਖਭਾਲ ਕਰੇ ਭਾਵੇਂ ਨਾ ਕਰੇ, ਉਹ ਮਾਲਕ ਜ਼ਰੂਰ ਕਰੇਗਾ। ਉਹਦਾ ਸਹਾਰਾ ਸਭ ਤੋਂ ਵੱਡਾ ਹੈ। ਸਤਸੰਗਤ ਦੇਣ ਵੇਲੇ ਮਾਲਕ ਦੇ ਹੱਥ ਨਹੀਂ ਦਿਖਾਈ ਦਿੰਦੇ, ਪਰ ਉਹਦਾ ਦਿੱਤਾ ਹੋਇਆ ਝੋਲੀ ਵਿੱਚ ਜ਼ਰੂਰ ਨਜ਼ਰ ਆਉਂਦਾ ਹੈ। ਇਸ ਵਾਸਤੇ ਅਗਰ ਅਰਦਾਸ ਕਰਨੀ ਹੈ ਤੇ ਗੁਰੂ ਅੱਗੇ ਕਰੋ, ਜਿਹੜਾ ਸਭ ਦੀਆਂ ਅਰਦਾਸਾਂ ਸੁਣਦਾ ਹੈ। ਜੋ ਬਾਤ ਦਵਾ ਨਾ ਕਰ ਸਕੇ ਵੋ ਬਾਤ ਦੁਆ ਸੇ ਹੋਤੀ ਹੈ, ਜਬ ਕਾਮਲ ਮੁਰਸ਼ਦ ਮਿਲਤਾ ਹੈ ਤਬ ਬਾਤ ਖੁਦਾ ਸੇ ਹੋਤੀ ਹੈ। ਇੱਕ ਬੇਨਤੀ ਕਰ ਦਈਏ ਸਤ ਸੰਗਤ, ਕਦੇ ਵੀ ਗੁਰੂ ਦੀ ਕਥਾ ਬਾਣੀ ਸੁਣਦਿਆਂ ਮਨ ਭਰ ਆਵੇ, ਅੱਖਾਂ ਵਿੱਚ ਅਥਰੂ ਆ ਜਾਣ, ਉਹਨਾਂ ਨੂੰ ਕਦੀ ਰੋਕਿਓ ਨਾ। ਰੋਂਦੇ ਤੇ ਅਸੀਂ ਹਮੇਸ਼ਾ ਹੀ ਹਾਂ, ਕਈ ਵਾਰੀ ਖੁਸ਼ੀ ਵਿੱਚ ਵੀ ਰੋ ਪੈਂਦੇ ਹਾਂ, ਦੁੱਖ ਆਵੇ ਤਾਂ ਵੀ ਰੋਂਦੇ ਹਾਂ, ਪਰ ਜਦੋਂ ਗੁਰੂ ਦੇ ਪਿਆਰ ਵਿੱਚ ਆ ਕੇ ਅੱਖਾਂ ਭਰ ਆਣ ਤੇ ਸਮਝ ਲੈਣਾ ਅੱਜ ਗੁਰੂ ਨਾਨਕ ਸਾਹਿਬ ਮਿਹਰਬਾਨ ਹੋ ਗਏ ਨੇ, ਅੱਜ ਉਹਨਾਂ ਤੱਕ ਮਨ ਜਾ ਪਹੁੰਚਿਆ ਤੇ ਇਹ ਜਿਹੜੇ ਅਥਰੂ ਹਨ ਇਹ ਗੁਰੂ ਨਾਨਕ ਸਾਹਿਬ ਦੀ ਭੇਟ ਹੋ ਗਏ, ਅੱਜ ਅੱਖਾਂ ਵੀ ਤਨ ਹੋ ਗਈਆਂ। ਭਾਗਾਂ ਵਾਲੇ ਹੋ ਜੋ ਇਤਨੇ ਲੰਬੇ ਸਮੇਂ ਤੋਂ ਤੁਸੀਂ ਇਤਨੇ ਪ੍ਰੇਮ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਬੈਠੇ ਹੋ, ਆਓ ਸਾਰੇ ਮਿਲ ਕੇ ਜਪੋ ਜੀ। Thank you.
ਧੰਨਵਾ ਆਪਣੇ ਦੋਨੋਂ ਹੱਥੀਂ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਅੱਜ ਤੁਲਸਾਂ ਦਾਈ ਨੇ ਲਾਈ ਤੇ ਆਪਣੇ ਮੱਥੇ ਤੇ ਲਾ ਲਈ ਜਿਉਂ ਹੀ ਬਾਬੇ ਨਾਨਕ ਦੀ ਚਰਨ ਧੂੜੀ ਤੁਲਸਾਂ ਦਾਈ ਨੇ ਆਪਣੇ ਮੱਥੇ ਤੇ ਲਾਈ ਤੇ ਕੀ ਬਖਸ਼ਿਸ਼ ਹੋਈ ਸਾਧ ਸੰਗਤ ਜੀ ਇਸ ਦਾਸੀ ਨੂੰ ਲੋਕ ਪ੍ਰਲੋਕ ਦੀ ਸੂਝੀ ਹੋ ਗਈ ਤੇ ਕੀ ਦੇਖਦੀ ਏ ਕਿ ਸਰੀਰ ਕਰਕੇ ਤੇ ਗੁਰੂ ਨਾਨਕ ਸਾਹਿਬ ਇੱਥੇ ਮੰਜੇ ਤੇ ਲੇਟੇ ਹੋਏ ਨੇ ਪਰ ਬਖਸ਼ਿਸ਼ਾਂ ਕਿਧਰੇ ਹੋਰ ਹੀ ਕਰ ਰਹੇ ਨੇ ਸਮੁੰਦਰ ਵਿੱਚ ਭਾਈ ਮਨਸੁਖ ਦਾ ਜਹਾਜ਼ ਡੁੱਬ ਰਿਹਾ ਏ ਉਹਦਾ ਬੇੜਾ ਤਾਰਨ ਵਾਸਤੇ ਗਏ ਹੋਏ ਨੇ ਆਪ ਥੱਲੇ ਮੁੰਡਾ ਲਾਇਆ ਹੋਏ ਇਹ ਕੌਤਕ ਦੇਖ ਕੇ ਦਾਸੀ ਵਾਪਸ ਮੁੜਾਈ ਆ ਕੇ ਕਹਿਣ ਲੱਗੀ ਮਾਂ ਗੁਰੂ ਨਾਨਕ ਘਰ ਵਿੱਚ ਨਹੀਂ ਨੇ ਜਦੋਂ ਆ ਜਾਣਗੇ ਮੈਂ ਜਗਾ ਦਿਆਂਗੀ ਦਾਸੀ ਦੀ ਇਹ ਗੱਲ ਸੁਣ ਕੇ ਮਾਤਾ ਜੀ ਗੁੱਸੇ ਵਿੱਚ ਆ ਗਈ ਦਾਸੀ ਨੂੰ ਬਾਹਾਂ ਤੋਂ ਪਕੜ ਕੇ ਅੰਦਰ ਲੈ ਜਾ ਕੇ ਕਹਿਣ ਲੱਗੇ ਦੱਸ ਉਹ ਸਾਹਮਣੇ ਕੌਣ ਸੁੱਤਾ ਪਈ ਏ ਤੂੰ ਕੋਈ ਵੀ ਕੰਮ ਠੀਕ ਤਰ੍ਹਾਂ ਨਹੀਂ ਕਰਦੀ ਅੱਜ ਮਾਤਾ ਤ੍ਰਿਪਤਾ ਜੀ ਨੇ ਆਪ ਗੁਰੂ ਨਾਨਕ ਸਾਹਿਬ ਨੂੰ ਉਠਾਇਆ ਤੇ ਬਾਬਾ ਨਾਨਕ ਕੀ ਤੱਕਦੇ ਨੇ ਕਿ ਮਾਂ ਗੁੱਸੇ ਵਿੱਚ ਖਲੋਤੀ ਏ ਤੇ ਦਾਸੀ ਰੋ ਰਹੀ ਏ ਮਾਂ ਇਹ ਕਿਉਂ ਰੋਂਦੀ ਏ ਕੀ ਗੱਲ ਹੋਈ ਏ ਮਾਤਾ ਤ੍ਰਿਪਤਾ ਜੀ ਕਹਿੰਦੇ ਨਾਨਕ ਇਹ ਘਰ ਦਾ ਕੋਈ ਵੀ ਕੰਮ ਠੀਕ ਤਰ੍ਹਾਂ ਕਰਕੇ ਰਾਜ਼ੀ ਨਹੀਂ ਮੈਂ ਕਿਹਾ ਸੀ ਕਿ ਨਾਨਕ ਨੂੰ ਉਠਾ ਕੇ ਲਿਆ ਤੇ ਇਹ ਕਹਿਣ ਲੱਗੀ ਕਿ ਗੁਰੂ ਨਾਨਕ ਘਰ ਵਿੱਚ ਨਹੀਂ ਨੇ ਇੰਨੀ ਗੱਲ ਕਹਿ ਕੇ ਜਦ ਧਿਆਨ ਨਾਲ ਦੇਖਿਆ ਗੁਰੂ ਨਾਨਕ ਪਾਤਸ਼ਾਹ ਦੇ ਵੱਲ ਤੇ ਮਾਂ ਕੀ ਦੇਖਦੀ ਏ ਕਿ ਸੱਜੇ ਮੋਢੇ ਤੋਂ ਮਹਾਰਾਜ ਦਾ ਸਾਰਾ ਕੁੜਤਾ ਫਟਿਆ ਪਿਆ ਜਦੋਂ ਕੁੜਤਾ ਫੜਿਆ ਤੇ ਕੀ ਤੱਕਿਆ ਕਿ ਮੋਢੇ ਤੇ ਚਰੀਟ ਵੀ ਲੱਗੀ ਹੋਈ ਨਾਨਕ ਜੀ ਇਹ ਕੀ ਹੋਈਏ ਨਵਾਂ ਚੋਲਾ ਪਾ ਕੇ ਸੁੱਤੇ ਸੀ ਇਹ ਕਿਵੇਂ ਫਟ ਗਿਆ ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮਾਂ ਜਦੋਂ ਕੋਈ ਸੇਵਕ ਕੋਈ ਪਿਆਰਾ ਦਿਲੋਂ ਯਾਦ ਕਰਦਾ ਏ ਤੇ ਮੈਨੂੰ ਉਹਦੀ ਭਾਵਨਾ ਪੂਰੀ ਕਰਨ ਵਾਸਤੇ ਜਾਣਾ ਪੈਂਦਾ ਕਿਸੇ ਸੇਵਕ ਦਾ ਜਹਾਜ਼ ਸਮੁੰਦਰ ਵਿੱਚ ਡੁੱਬ ਰਿਹਾ ਸੀ ਉਹਨੇ ਮੈਨੂੰ ਯਾਦ ਕੀਤਾ ਤੇ ਉਹਦਾ ਬੇੜਾ ਤਾਰ ਕੇ ਆਇਆ ਹਾਂ ਮਾਂ ਇਹ ਦਾਸੀ ਝੂਠ ਨਹੀਂ ਬੋਲਦੀ ਇਹ ਸੱਚ ਕਹਿ ਰਹੀ ਏ ਸਾਧ ਸੰਗਤ ਜੀ ਅਗਰ ਅਸੀਂ ਵੀ ਸ਼ਰਧਾ ਭਾਵਨਾ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਅਰਦਾਸ ਕਰਾਂਗੇ ਉਹ ਜ਼ਰੂਰ ਸਾਡੀ ਭਾਵਨਾ ਪੂਰੀ ਕਰਨਗੇ ਆਓ ਸਾਰੇ ਮਿਲ ਕੇ ਜਪੋ ਜੀ ਸਾਡੀਆਂ ਭੈਣਾਂ ਵੱਲੋਂ ਹੁਕਮ ਹੋਇਆ ਕਿ ਇੱਕ ਵਾਰ ਦਇਆ ਦੇ ਸਾਗਰ ਰਾਜ ਯੋਗੀ ਮਹਾਂਪੁਰਸ਼ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਉਹਨਾਂ ਦੀ ਯਾਦ ਵਿੱਚ ਇੱਕ ਵਾਰ ਆਪ ਸੰਗਤਾਂ ਨੂੰ ਜ਼ਰੂਰ ਸਰਵਣ ਕਰਾਈ ਜਾਵੇ ਆਪ ਸਭ ਸੰਗਤਾਂ ਦਾ ਹੁਕਮ ਸਿਰ ਮੱਥੇ ਪਰਵਾਨ ਸਤ ਸੰਗਤ ਜਿੰਨੇ ਵੀ ਸਤਸੰਗੀ ਆਏ ਉਹ ਸਾਰੇ ਬਾਬਾ ਪ੍ਰੇਮ ਸਿੰਘ ਜੀ ਨਾਲ ਬੜਾ ਪਿਆਰ ਕਰਨ ਵਾਲੇ ਹੋ ਕਿਉਂਕਿ ਉਹਨਾਂ ਮਹਾਂਪੁਰਸ਼ਾਂ ਨੇ ਆਪਣੇ ਜੀਵਨ ਵਿੱਚ ਜੋ ਸੋਚਿਆ ਦੂਸਰਿਆਂ ਵਾਸਤੇ ਸੋਚਿਆ ਜੋ ਕੀਤਾ ਦੂਸਰਿਆਂ ਦੇ ਭਲੇ ਵਾਸਤੇ ਕੀਤਾ ਮਹਾਂਪੁਰਸ਼ਾਂ ਨੇ ਗੁਰੂ ਤੇ ਭਰੋਸਾ ਕੀਤਾ ਆਪਣਾ ਸਾਰਾ ਜੀਵਨ ਗੁਰੂ ਦੇ ਲੇਖੇ ਲਾਇਆ ਤੇ ਉਹਦਾ ਫਲ ਕੀ ਹੋਇਆ ਅੱਜ ਵੇਖੋ ਥਾਂ ਥਾਂ ਤੇ ਕਿੱਡੇ ਜੋੜ ਮੇਲੇ ਲੱਗਦੇ ਨੇ ਉਹਨਾਂ ਦੀਆਂ ਯਾਦਾਂ ਮਨਾਈਆਂ ਜਾਂਦੀਆਂ ਨੇ ਤੋ ਆਓ ਇੱਕ ਵਾਰੀ ਦਾਸ ਬੋਲਣਗੇ ਇੱਕ ਵਾਰੀ ਸਾਰੀ ਸੰਗਤ ਨੇ ਉੱਚੀ ਆਵਾਜ਼ ਵਿੱਚ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਨੇ ਜੀ ਅਸੀਂ ਹਾਂ ਕੂਕਰ ਜਿੰਨਾ ਉਹਦੇ ਡਰ ਕੇ ਉਹ ਦੁੱਖ ਕੱਟਦੇ ਸਾਰੇ ਅਸੀਂ ਹਾਂ ਕੂਕਰ ਜਿੰਨਾ ਉਹਦੇ ਡਰ ਕੇ ਉਹ ਦੁੱਖ ਕੱਟਦੇ ਸਾਰੇ ਤਨ ਤਨ ਬਾਬਾ ਪ੍ਰੇਮ ਸਿੰਘ ਜੀ ਤੁਸਾਂ ਦੇ ਛੋਟੇ ਨਿਆਰੇ
दुनिया तुसा नितारी नहीं अपना देता है असी हम करे जिनाद करते तो दुख कटते नाल सेवा कीते कोटक नियारे दुख पुत दी काट न रहंदी बख्श दिंदे पंडारे बाबा जी नो सारे सेवक जानो मत प्यार फुरमान करदे ने ऐ मेरे मन तू क्यों चिंता दा जीवन जीना है क्यों फिक्र दी दुनिया विच रहना है तेरा ता गुरु पूरा है विश्वास ता करके देख के मेरा गुरु पूरा है जिते अगे मैं अरदास कर रहा हूं मेरी अरदास सुनेगा मेरे कारज रास करेगा मेरे पर्दे काज लेगा
सत्संगत विश्वास वालियां दे बेड़े पार हुंदे ने जिन्हां दा भरोसा बच गया गुरु ग्रंथ साहिब जी महाराज ते उन्हां दे अज भी दुख दूर हुंदे ने। आखो सतनाम श्री। इतिहास में जिक्र आंदा है बाबा करम सिंह जी होती मरदान वाले महापुरुष पाकिस्तान विच मिलिट्री विच सर्विस करिया करदे सन गोरियां दे समय जिस वेले अंग्रेजां दा राज सी। अंग्रेजां दे राज विच बाबा करम सिंह नौकरी भी करदे सन ते नाल भगती भी करदे सन पर किसे नूं दसदे नहीं सन। रोज भगती करदे सन ते कदी कदी ड्यूटी तों लेट भी हो जांदे सन ते जिहड़े बाबा करम सिंह दे कुछ दोखी सन ईरखा करदे सन उन्हां ने गोरे अफसर कोल शिकायत कीती कि करम सिंह ड्यूटी नहीं पूरी देंदा। शिकायतां रोज हुंदियां गईयां। एक दिन गोरा अफसर कहन लगा अज राती मैं आप चेक करांगा और कुदरती होया कि अज ड्यूटी भी बाबा करम सिंह दी रात दी सी। इधर बाबा करम सिंह जी रोज दी तरह बंदगी करन बैठे ऐसा कलगियां वाले दे चरणा नाल मन जुड़िया कि अज सचमुच ही ड्यूटी भुल गई। उधर ड्यूटी दा टाइम हो गया ख्याल ही नहीं रहा कि मैं ड्यूटी भी करनी है केवल गुरु गोबिंद सिंह महाराज दे चरणा दा ध्यान है। सब कुछ भुल गए ते कलगियां वाले ने देखिया मेरा सिख ते जुड़िया होया। आखो सतनाम श्री। हुण अपने प्यारे दी लाज ते रखनी है ते सत संगत हुण गुरु गोबिंद सिंह महाराज ने आप संत बाबा करम सिंह दा रूप धार लिया ते जिथे ड्यूटी देनी सी ना उथे जा खलो गए। आपां कई वारी पंक्ति पढ़ने आना जपो सारे अपने सेवक की आपे राखे आपे नाम जपावे जेह जेह काज किरत सेवक की तहा तहा उठतावे सेवक को निकटी होए दिखावे। इधर गोरा अफसर राउंड ते निकलिया चेकिंग वास्ते ते जिथे बाबा करम सिंह ड्यूटी देंदे सन उथे पहुंचया ते की देखदे अगे बाबा करम सिंह जी खलोते होए ने। बाबा जी ने सल्यूट भी कीता गोरा अफसर देख के चला गया ते जिस वेले सवेरे बाबा करम सिंह जी दी बिरती खुली ता ख्याल आया भी मैं रात ड्यूटी देन नहीं गया। सच्चे सन्ना मन विच कोई छल फरेब नहीं आप जाके हाजर हो गए ते गोरे अफसर नु जाके कहंदे ने कि मिलिट्री दा नियम है जेड़ा ड्यूटी ते ना पहुंचे ओनू सजा दित्ती जांदी है मैनू सजा दियो क्योंकि राती मैं ड्यूटी नहीं दित्ती। ते गोरा अफसर कहन लगा करम सिंह ए किवें हो सकदा है तू ते ड्यूटी ते हाजर सी तेरी शिकायत होई सी तू ड्यूटी ते नहीं आंदा राती मैं आप चेकिंग करन आया सा तू ड्यूटी ते हाजर सी तू मैनू सल्यूट भी कीता पर करम सिंह एक गल बड़ी अजीब सी रात दा समा सी हनेरा सी रोशनी दा इंतजाम ते सी पर इतना नहीं सी। मैं इस गल तो हैरान हाँ जदों मैं उत्थे पहुंचिया जिथे तू ड्यूटी देना तू जिस वेले मैनू सल्यूट मारिया मैं तेरे मुंह वल देखिया तेरे चेहरे ते बड़ा नूर सी मैनू अंदरों एक अनोखा जिहा सुख महसूस होया एक चरनाहट जी छिड़ी पर मैनू समझ नहीं आई। मैं घर ते आ गया अपने क्वार्टर विच पर मैं सोचदा आया भई इतना नूर कदी किसे बंदे दे चेहरे ते देखिया नहीं। गोरा अफसर ये गल कह रहे हैं ते कोल खलोते बाबा करम सिंह जारो जार रोई जाते हैं ते गोरा अफसर पुछदा है बाबा करम सिंह नूं करम सिंह की होया तैनू रो क्यों रहे हैं ते बाबा करम सिंह कहन लगे साहब जी मैं सचमुच नहीं आया अगर फिर भी मैं आया उत्थे ड्यूटी दित्ती है तुहानू सल्यूट कीता है तां फिर उह आया सी जिहदे चरणा नाल मैं जुड़िया सां। ओ मेरा कलगियां वाला मेरे बदले मेरी ड्यूटी करके गया है ओ शाहां दा शाह अरशां दा मालक मेरे बदले तैनू सल्यूट मार के गया है कि किधरे तू उहदे सिख नूं सजा ना देवे। ओ अपने सेवकां दी लाज रख दे जिहड़ा तू कहना ना तेरे चेहरे ते नूर बड़ा सी ओ मैं नहीं सी ओ मेरा कलगियां वाला सी ते हुण मैं तेरी ड्यूटी नहीं करनी हुण मैं उहदी ड्यूटी करांगा। गोरा अफसर कहन लगा करम सिंह तुहानू भगती तो नहीं रोकते क्योंकि नेक बंदियां दी लोड़ है भगती भी करी जाओ ते नाल ड्यूटी भी करी जाओ पर सत संगत बाबा करम सिंह इतने बैरागी हो चुके सन कहन लगे हुण नहीं हुण ये जीवन सिर्फ कलगियां वाले दे लेखे लगाना है। ते गोरा अफसर कहन लगा करम सिंह मिलिट्री दे कुछ नियम ने
ਐਵੇਂ ਕੋਈ ਨੌਕਰੀ ਛੱਡ ਕੇ ਨਹੀਂ ਜਾ ਸਕਦਾ। ਤੇ ਬਾਬਾ ਕਰਮ ਸਿੰਘ ਗੁਰੂ ਦੇ ਰੰਗ ਵਿੱਚ ਰੰਗੇ ਹੋਏ ਕਹਿਣ ਲੱਗੇ, ਉਹ ਸਾਡਾ ਤੇ ਨਾਂ ਹੀ ਨਹੀਂ ਹੈਗਾ ਤੁਹਾਡੇ ਰਜਿਸਟਰ ਵਿੱਚ। ਔਰ ਇਹ ਇਤਿਹਾਸਕ ਸੱਚਾਈ ਹੈ ਸਤ ਸੰਗਤ, ਜਦੋਂ ਗੋਰੇ ਅਫਸਰ ਨੇ ਰਜਿਸਟਰ ਚੈੱਕ ਕੀਤਾ ਤੇ ਵਾਕਈ ਉੱਥੇ ਬਾਬਾ ਕਰਮ ਸਿੰਘ ਜੀ ਦਾ ਨਾਂ ਨਹੀਂ ਸੀ। ਬਕਾਇਦਾ ਸਾਰਾ ਰਜਿਸਟਰ ਦੇਖਿਆ ਗਿਆ, ਉਹ ਖਾਨਾ ਹੀ ਖਾਲੀ ਸੀ ਜਿੱਥੇ ਬਾਬਾ ਜੀ ਦਾ ਨਾਂ ਲਿਖਿਆ ਹੋਇਆ ਸੀ। ਇਹ ਪ੍ਰਤੱਖ ਨਜ਼ਾਰੇ ਨੇ, ਇਹ ਉਹਨਾਂ ਦੇ ਜੀਵਨ ਹਨ ਜਿਨ੍ਹਾਂ ਨੇ ਬੰਦਗੀ ਕੀਤੀ ਔਰ ਸਤਿਗੁਰ ਨੂੰ ਪਾਇਆ। ਆਖੋ ਸਤਨਾਮ ਸ੍ਰੀ। ਸਤ ਸੰਗਤ, ਕੁਝ ਵੀ ਹੋ ਜਾਏ ਜਾਪ ਕਰਨ ਦੀ ਆਦਤ ਪਾਓ। ਚਲਦੇ ਫਿਰਦੇ, ਉੱਠਦੇ ਬਹਿੰਦੇ, ਸੌਂਦੇ ਜਾਗਦੇ, ਸਵਾਸ ਸਵਾਸ ਵਿੱਚ ਨਾਮ ਜਪਣ ਵਾਲੇ ਬਣ ਜਾਓ ਤੇ ਤੁਹਾਨੂੰ ਖੁਦ ਮਹਿਸੂਸ ਹੋਵੇਗਾ ਕਿ ਮੇਰਾ ਹੱਥ ਪਕੜ ਕੇ ਮੇਰੇ ਨਾਲ ਨਾਲ ਕੋਈ ਤਾਕਤ ਚੱਲ ਰਹੀ ਏ। ਮੈਂ ਕਿਧਰੇ ਵੀ ਦੁਨੀਆ ਵਿੱਚ ਇਕੱਲਾ ਨਹੀਂ ਆ, ਮੇਰੇ ਨਾਲ ਮੇਰਾ ਪਰਮਾਤਮਾ ਹੈ। ਇਸ ਲਈ ਨਾ ਦੁਖੀ ਹੋਣ ਦੀ ਲੋੜ ਹੈ, ਨਾ ਚਿੰਤਾ ਕਰਨ ਦੀ। ਚੰਗੇ ਕਰਮ ਕਰਦੇ ਜਾਓ, ਸਾਡੀ ਚਿੰਤਾ ਗੁਰੂ ਨੂੰ ਹੈ ਔਰ ਸਾਡੇ ਹਰ ਡਰ ਨੂੰ ਦੂਰ ਕਰਨ ਵਾਲਾ ਪਰਮਾਤਮਾ ਸਾਡੇ ਨਾਲ ਹੈ। ਇਸ ਵਾਸਤੇ ਸੇਵਾ ਸਿਮਰਨ ਨੂੰ ਨਾ ਛੱਡੋ, ਆਪਣੇ ਨੇਮ ਨੂੰ ਨਿਭਾਓ, ਤੁਹਾਨੂੰ ਗੁਰੂ ਦੀ ਕਿਰਪਾ ਨਸੀਬ ਹੋਵੇਗੀ। ਸ਼ਾਇਰ ਕਹਿੰਦਾ ਉਹ ਬਗੀਚਾ, ਸ਼ਾਇਰ ਕਹਿੰਦੇ ਉਹ ਬਗੀਚਾ ਵੀ ਕਾਹਦਾ ਬਗੀਚਾ ਜਿਹਦੇ ਅੰਦਰ ਕੋਈ ਫੁਹਾਰਾ ਨਾ ਹੋਵੇ। ਉਹ ਕਹਾਣੀ ਵੀ ਕਾਹਦੀ ਕਹਾਣੀ ਜਿਹਦਾ ਕੋਈ ਅੱਗੋਂ ਹੁੰਗਾਰਾ ਨਾ ਹੋਵੇ। ਉਹ ਪੀਂਗ ਵੀ ਕਾਹਦੀ ਪੀਂਗ ਹੁੰਦੀ ਜਿਹਦਾ ਕੋਈ ਵਧੀਆ ਹੁਲਾਰਾ ਨਾ ਹੋਵੇ। ਉਹ ਕੌਮਾਂ ਕਦੇ ਤਰੱਕੀ ਨਹੀਂ ਕਰਦੀਆਂ ਜਿਹਨਾਂ ਦਾ ਉੱਚਾ ਜੈਕਾਰਾ ਨਾ ਹੋਵੇ। ਇਹ ਜਨਮ ਜਨਮ
कारण कवनिया बोले हो पल पल जाओ रमैया कारने कारण कवनिया बोले बाप जन्म बिछड़े थे मालो बाप जन्म बिछड़े कितनी कृपा कीती सतगुरु ने उद्दम बख्शे सब दा भला मंगण वाले संत प्रेम सिंह जी वेलफेयर सोसाइटी नथुपुर दे इन समूह श्रद्धावान प्रबंधक वीरां नूं जिन्होंने इलाका निवासी संगतां दे सहयोग नाल एनआरआई वीरां दे सहयोग नाल इतना सोहना समागम रचिया है। उद्दम उत्साह सतगुरु किसे नूं देंदे ने पर उन्हां सदका जुड़दे सारे ही ने इन्हां नूं सतगुरां ने उद्दम बख्शिया आपां सारे गुरु दे नाल जुड़ गए नहीं तो पता नहीं कोई किसे राह तुरिया होना सी कोई किसे राह पर अज गुरु ग्रंथ साहिब जी दी गोद विच बैठे हां ये वड्डे भाग ने सतसंग जी ये आप संगतां दा प्यार है जो इतने लंबे समय तो तुसी इतनी श्रद्धा भावना दे नाल महाराज दी पावन हजूरी विच बैठे हो और इहदा फल मिलेगा इहदा फल धन गुरु नानक साहिब जरूर देणगे संगतां दा हुक्म है अरदास मालका चरणा विच तेरे ए वार आप संगतां नूं सरवण कराई जावे तो आओ एक वारी दास एक वारी सारी संगत ने हाजरी लगवानी है जी दुख कट दुनिया दे बंद खुशियां खेड़े दुख कट दुनिया दे बंद खुशियां खेड़े अरदास मालका तात्या चरना विच तेरे बोलो अरे
दुनिया दे विच कोई गरीब ना होवे, ना कोई होवे ऐसा जिन्हों रोटी नसीब ना होवे। रहमत करी गुरु नानक मेरे, रहमत करी गुरु नानक मेरे। सेवा प्रवान करनी जिन्हां गुरु के प्यारिया ने पर उपकारी श्रद्धावान संगता ने कीर्तन दा सत्कार करदिया होया मेरी पीरी कीर्तन विद्यालय दिया उन्हां गरीब बच्चियां वास्ते माया भेट कीती है। असी दोनों हाथ जोड़ के धन गुरु ग्रंथ साहब जी महाराज के पावन चरणा विखे अरदास करते हैं कि सतगुरु आप सब की किरत कमाई कारोबार बरकत बख्शन, आने वाला समा तुहाडा सारिया का सुखा भरिया आवे, मेरे सतगुरु तुहाडा ते तुहाडे बच्चियां दा भला करन। धन्नवाद है जुगो जुग अटल सेव सतगुरु धन धन श्री गुरु ग्रंथ साहिब जी महाराज दा, दूरों नेड़ेओं चल के आईया हुई श्रद्धावान संगतां दा तहे दिलों धन्नवाद। अति धन्नवादियां संत प्रेम सिंह जी वेलफेयर सोसायटी पिंड नत्थूपुर डुमाणा इब्राहिमपुर ते समूह इलाका निवासी संगतां दा धन्नवाद। विदेशों विच वसण वाले महाराज दे नाल नाल प्यार करन वाले एनआरआई वीरां दा धन्नवाद करने आ। सूझवान स्टेज सकत्तर साहब दा, ईश्वर टीवी वालिया दा अते साउंड सिस्टम वालिया दा धन्नवाद। महाराज कृपा करन तुहाडे भंडारे भरे रहन, मेरे सतगुरु तुहाडे बच्चियां नूं अपने दर घर दा प्यार गुरसिखी जीवन बख्शन। 20 मार्च नूं सवेरे 10 बजे तो लैके शाम 5 बजे तक पिंड गोरसिया विखे महान कीर्तन दरबार हो रहा है। आप जी ने उत्थे भी पहुंच के गुरु नानक साहब दियां खुशियां प्राप्त करनिया ने। फतेह बुलाओ जी, वाहिगुरु जी का खालसा वाहिगुरु जी की फतेह। बहुत बहुत धन्यवाद पंथ रतन यानी संत सिंह जी मस्कीन तिना तो बरसाए हुए मीरी पीरी खालसा जत्था जगादरी वाले अंदर आप दिया नू निहाल कर रहे हैं। इन्हां दा बहुत बहुत धन्यवाद, आप सरलत संगतां दा बहुत बहुत धन्यवाद। आप दिया ने ये जो पंजवा कीर्तन दरबार उसनू सफल बनाउण आप दिया ने बहुत बहुत सहयोग दिता है। हुण आप जी दी सन्मुख सिंह साहब जी आनंद साहब दिया छे पौड़ियां का पाठ करनगे, उस तो उपरंत समाप्ति है। आईया सरबत संगतां दा कुटानकोट धनवाद जी हुई पुलां की खिमा। वाहिगुरु जी का खालसा वाहिगुरु जी की फतेह। सतनाम श्री वाहिगुरु साहेब जिया, राम कली महला तीजा, अनंत ओंकार सतगुर प्रसाद, आनंद भया मेरी माए सतगुरु मैं पाया, सतगुर तां पाया सहसिती मन वजिया वधाइया, राग रतन परवार प्रिया शब्द गावण आईया, शब्द तंगा ओरी केरा मन जनी वसाया, कहे नानक आनंद हुआ सतगुरु मैं पाया। ए
मन मेरिया तू सदा रहो हर नाले हर नारा तू मन मेरे दुख सब विसारना अंगीकार उकर तेरा कार्य सब सुवारना सबना गला समरथ स्वामी सौ को मनो विसारे काय नानक मन मेरे सदा रो हर नाले साच सहबा क्या नहीं करते रे करता तेरे सब कुछ जिदे सो पावे सदा सिफत जला तेरी नाम मन वसावे नाम जिनका मन वसया वज शब्द कनेरे कहे नानक सचे साहब क्या नाही कर तेरे साजा नाम दारू साज नाम आधार मेरा जिन भुखा साब गवाइया कर शांत सुख मन वसया जिन इच्छा साब बजाइया सदा कुर्बान किता गुरबिटो जिदिया वड्याइया कहे नानक सुनो संतो शब्द द्रो प्यारो साचा नाम मेरा दर वज पंच शब्द घर सभागे घर सभागे शब्द वजी कला जी कर धारिया पंच दूत दवस कीते काल कंठ को मारिया तुर कर्म पाया तुद जिन को सिना मर कर लगी कह नानक तै सुख हुआ तित कर अनाथ वजे अण सुनो वट पाकियो सगल मनोरथ पूरे पार ब्रह्म प्रपाया उतरे सगल सूरे दुख रोग संताप उतरे सुनी सची बाणी संत साजन पै सरसे पूरे गुरदे जाने सुन दे पुनीत कह दे पवेता सतगुर आपर पूरे बिनवंत नानक गुर चरण लागे वाजे अनाद तूरे सलोक पवन गुरु पाणी पिता माता धरत मात दिवस रात दाई दाया खिल सगल जगत चंगियाइया बुरियाइया वाची धर्म दूर करमी आपो अपनी के नेड़े के दूर जिनी नाम आया गे मजगत काल नानक दे मुख उजले कीती झूठी नाल वाहगुरु जी का खालसा वाहगुरु जी की फतेह ਸੁਖੋ ਟਲ ਗੁਰ ਸੇਵੀਐ ਸਹਿਸ ਪਾਏ ਦਰਸ਼ਨਾ ਪਰਸੀਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਪ੍ਰਭ ਕੀ ਸ਼ਰਨ ਸਗਲ ਭੈ ਲਾਥੈ ਦੁਖ ਬਿਨ ਸੇ ਸੁਖ ਪਾਇਆ ਦਿਆਲ ਹੋਆ ਪਾਰ ਬ੍ਰਹਮ ਸਵਾਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਓ ਰੰਗ ਰਾਤਾ ਰਹਾਉ ਸਤਿਗੁਰ ਨਾਮ ਨਿਧਾਨ ਨਿਰੜਾਇਆ ਚਿੰਤਾ ਸਗਲ ਵਿਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਅਵਨਾਸੀ ਤਾਂ ਕਹੋ ਬਿਘਨ ਨਾ ਕਹੋ ਲਾਗੈ ਜੋ ਸਤਿਗੁਰ ਆਪਣੇ ਰੱਖੈ ਚਰਨ ਕਮਲ ਵਸੇ ਹਿਰਦੇ ਅੰਤਰ ਅੰਮ੍ਰਿਤ ਹਰ ਰਸ ਚਾਖੈ ਕਰ ਸੇਵਾ ਸੇਵਕ ਪ੍ਰਭ ਆਪਣੇ
ਜਿਨ ਮਨ ਕੀ ਅਸ਼ ਪਜਾਈ ਨਾਨਕ ਦਾਸ ਤਾਂ ਕੇ ਬਲਹਾਰੇ ਜਿਨ ਪੂਰਨ ਪੈਜ ਰਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਅਸ਼ ਪਜਾਈ ਨਾਨਕ ਦਾਸ ਤਾਂ ਕੇ ਬਲਹਾਰੇ ਜਿਨ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।